ਸ਼ਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨਾ ਨਾਲ ਜੇ ਕੋਈ ਪਾਰਖੂ ਹੋਵੇ ਉਹ ਹੀ ਰਤਨਾ ਨਹੀਂ ਵਿਚਾਰ ਕਰੇ ਰਤਨਾ ਨਾਲ ਵਪਾਰ ਕਰੇ ਰਤਨ ਕੀ ਨੇ ਗੁਣ ਜਿਹੜੇ ਗੁਣ ਨੇ ਗੁਰਬਾਣੀ ਦੇ ਵਿੱਚ ਗੁਣੇ ਰਤਨ ਨੇ ਕਿ ਰਤਨ ਜਵਾਹਰ ਮੁਲਕ ਇਹਨਾਂ ਰਤਨਾਂ ਦਾ ਕੋਈ ਪਾਰਖੂ ਹੋਵੇ ਤਾਂ ਵਿਚਾਰ ਕਰੇ ਉਹ ਗੁਰਬਾਣੀ ਦੇ ਵਿੱਚ ਰਤਨ ਜਲੇ ਹੋਏ ਨੇ ਗੁਰਬਾਣੀ ਦੀ ਵਿਚਾਰ ਉਹ ਕਰੇ ਜਿਹਨੂੰ ਰਤਨਾਂ ਦੀ ਲੋੜ ਹੋਵੇ ਜਿਹਨੇ ਨਿਰਵੈਰ ਹੋਣਾ ਹੋਵੇ ਜਿਹਨੇ ਭੋ ਹੋਣਾ ਹੋਵੇ ਜਿਹਨੂੰ ਇਹ ਲੋੜ ਹੋਵੇ ਰਤਨਾਂ ਦੀ ਉਹ ਵਿਚਾਰ ਕਰੇ ਰਤਨਾਂ ਕਰੇ ਵਿਚਾਰ ਠੀਕ ਹੈ ਜੀ ਪਾਰਖੂ ਹੀ ਕਰ ਸਕਦਾ ਹੈ ਜੀ ਰਤਨਾਂ ਸਾਰ ਨਾ ਜਾਣੇ ਅਗਿਆਨੀ ਅੰਧਾਂਦਾਰ ਜਿਹੜਾ ਰਤਨਾਂ ਦੀ ਸਾਰੇ ਨਹੀਂ ਜਾਣਦਾ ਰਤਨਾਂ ਬਾਰੇ ਗਿਆਨ ਨਹੀਂ ਜਾਣਦਾ ਉਹ ਤਾਂ ਅਗਿਆਨੀ ਹੈ ਅੰਧਾਰ ਹੈ ਨਾ ਉਹਨੂੰ ਤਾਂ ਕਹਿਣਾ ਮੋਤੀ ਮਾਰਗ ਵਿਚਰੇ ਅੰਧਾ ਦਿਖਿਆ ਜਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਸਾਰਾ ਜਗ ਹੀ ਇਹਨਾਂ ਮੰਨਿਆ ਜਾਂਦਾ ਗੁਰਬਾਣੀ ਦੀ ਕੀਮਤ ਦਾ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਵੇਲੇ ਗੁਰਬਾਣੀ ਪਤਾ ਦੀ ਕੀਮਤ ਕੀ ਹੈ ਉਹ ਜਾਗਰੂਕ ਹੈ ਬਾਕੀ ਦਾ ਸਬਰ ਨਹੀਂ ਦੇ ਹਾਂਜੀ ਰਤਨ ਗੁਰੂ ਕਾ ਸ਼ਬਦ ਹੈ ਬੁੱਝੈ ਬੁੱਝਣ ਹਾਰ ਮੂਰਖ ਆਪ ਗਣਾਇਂਦੇ ਮਰ ਜੰਮੈ ਹੋਏ ਖੁਆਰ ਆ ਜਿਹੜਾ ਗੁਰੂ ਕਾ ਸ਼ਬਦ ਹੈ ਉਪਦੇਸ਼ ਹੈ ਹੀ ਰਤਨ ਹੈ ਰਤਨ ਗੁਰੂ ਕਾ ਸ਼ਬਦ ਹੈ ਉਹ ਰਤਨ ਤਾਂ ਗੁਰੂ ਕਾ ਸ਼ਬਦ ਹੈ ਜਿਹੜਾ ਬਿਨਾਂ ਕੰਨਾਂ ਤੇ ਸੁਣਿਆ ਉਹ ਰਤਨ ਸੀਗਾ ਗੁਰਬਾਣੀ ਦੇ ਵਿੱਚ ਰਤਨ ਉਥੋਂ ਲੈ ਕੇ ਰਤਨ ਸੀ ਗੁਰਬਾਣੀ ਜੜ ਦਿੱਤੇ ਨੇ ਜਗ੍ਹਾ ਜਗ੍ਹਾ ਜੜੇ ਨੇ ਤੇ ਸਗਲ ਗੁਣਾਂ ਗੁਣਾਂ ਦਾ ਹਾਰ ਬਣਾਇਆ ਸਗਲ ਸਾਰੇ ਗੁਣੇ ਜੜ ਕੇ ਹਾਰ ਬਣਾਇਆ ਪਹਿਨਣ ਵਾਸਤੇ ਗੁਰਬਾਣੀ ਧਾਰਨ ਕਰਨ ਵਾਸਤੇ ਰਤਨ ਗੁਰੂ ਕਾ ਸ਼ਬਦ ਹੈ ਬੁੱਝੇ ਬੁੱਝਣ ਹਾਰ ਇਹ ਕੋਈ ਬੁੱਝਣ ਹਾਰ ਬੁੱਝੂਗਾ ਇਹ ਬੁਝਾਰਤਾ ਹੈ ਬੁੱਝੇ ਬੁੱਝਣ ਹਾਰ ਮੂਰਖ ਆਪ ਗਣਾਇਂਦੇ ਮਰ ਜੰਮੈ ਹੋਏ ਖੁਆਰ ਮੂਰਖ ਆਪਣੇ ਆਪ ਉਹ ਗਣਾਈ ਜਾਂਦੇ ਨੇ ਆ ਸ਼ਬਦ ਪੜ ਲੋ ਜੀ ਇਹਦੇ ਨਾਲ ਹੋ ਜੂ ਇਹਦੇ ਨਾਲ ਸ਼ਬਦ ਆ ਹੋ ਜੂ ਉਹ ਤਾਂ ਉਹਨਾਂ ਦਾ ਗੁਰਬਾਣੀ ਨੂੰ ਵੰਡ ਕੇ ਰੱਖ ਦਿੱਤਾ ਉਹ ਗੁਰਬਾਣੀ ਦੇ ਪਰ ਭੇਦ ਖੜੇ ਕਰਦੇ ਮੂਰਖਾਂ ਨੇ ਤਾਂ ਆਪ ਗਣਾਏ ਨੇ ਪਰ ਜੰਮੇ ਬਾਰੋ ਬਾਰ ਜੰਮਣ ਮਨ ਚ ਪੈ ਰਹਿ ਕੇ ਉਹ ਪਰਮ ਗਿਆਨੀ ਨੇ ਉਹਨਾਂ ਨੂੰ ਸਮਝ ਨਹੀਂ ਆ ਗੁਰਬਾਣੀ ਦੀ ਠੀਕ ਹੈ ਜੀ ਉਹ ਮਰਨ ਜੰਮਣ ਦੀ ਖੁਆਰੀ ਚ ਪਏ ਰਹਿਣਗੇ ਜੀ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖੀ ਲੱਗੇ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਰਤਨਾ ਨੂੰ ਤਾਂ ਉਹ ਪ੍ਰਾਪਤ ਕਰਦਾ ਜਿਸ ਗੁਰਮੁਖੀ ਜਿਹਨੂੰ ਗੁਰਮੁਖਾਂ ਵਾਲਾ ਪਿਆਰ ਲੱਗ ਜਾਂਦਾ ਨਾ ਰਤਨਾ ਦੇ ਨਾਲ ਦੇਖੋ ਗੁਰਮੁਖਾਂ ਦਾ ਪਿਆਰ ਵੀ ਵੱਖਰਾ ਗੁਰਮੁਖਾਂ ਦਾ ਨਾਮ ਵੱਖਰਾ ਗੁਰਮੁਖਾਂ ਦੀ ਭਗਤੀ ਵੀ ਵੱਖਰੀ ਗੁਰਮੁਖਾਂ ਦਾ ਸੰਸਾਰ ਵੀ ਵੱਖਰਾ ਗੁਰਮੁਖਾਂ ਦਾ ਸਭ ਕੁਝ ਵੱਖਰਾ ਗੁਰਮੁਖਾਂ ਦੇ ਨਾਲ ਗੁਰਮੁਖਾਂ ਦਾ ਕੁਝ ਵੀ ਨਹੀਂ ਰਲਦਾ ਸੰਸਾਰੀਆਂ ਨਾਲ ਗੁਰਮੁਖਾਂ ਦਾ ਕੁਝ ਵੀ ਨਹੀਂ ਰਲਦਾ ਗੁਰਮੁਖਾਂ ਦਾ ਪਿਆਰ ਸੱਚਾ ਹੁੰਦਾ ਹੈ ਗੁਰਮੁਖਾਂ ਦਾ ਪਿਆਰ ਮਤਲਬ ਦਾ ਹੁੰਦਾ ਸਦਾ ਸਦਾ ਨਾਮ ਉਚਰਾਂ ਨਾਮੂ ਨਿਤ ਵਿਵਹਾਰ ਗੁਰਮੁਖ ਕੀ ਕਰਦੇ ਨੇ ਸਦਾ ਸਦਾ ਨਾਮ ਦਾ ਉਚਾਰਨ ਕਰਦੇ ਨੇ ਗੁਰਬਾਣੀ ਦਾ ਉਚਾਰਨ ਕਰਦੇ ਨੇ 24 ਘੰਟੇ ਹੋਰ ਉਹਨਾਂ ਨੂੰ ਕੋਈ ਚੰਗਾ ਹੀ ਨਹੀਂ ਲੱਗਦਾ ਇਹ ਕੋਈ ਹੋਰ ਗੱਲ ਹੈ ਉਹ ਕਹਿੰਦੇ ਭਾਈ ਗੁਰਮੁਖਾ ਇਹ ਗੱਲ ਕਰ ਸਾਡੇ ਕੋਲ ਸਾਨੂੰ ਨਹੀਂ ਚੰਗੀ ਲੱਗਦੀ ਕੋਈ ਹੋਰ ਗੱਲ ਇਹ ਤਾਂ ਸੁਣਨੀਆਂ ਸੁਣ ਲੈ ਚੁੱਪ ਕਰਕੇ ਬੈਠਾ ਰਹਿ ਠੀਕ ਹੈ ਜੀ ਸਾਡੀ ਸੁਣ ਲੈ ਸੁਣਨੀ ਚੰਗੀ ਉੱਠ ਕੇ ਚਲਾ ਜਾ ਉੱਚਰਾ ਹਰ ਨਾਮੋ ਨਿਤ ਵਿਵਹਾਰ ਹਰ ਨਾਮ ਦਾ ਹੀ ਵਿਵਹਾਰ ਹੈ ਹਰ ਨਾਮ ਲੈਣਾ ਜਾਂ ਹਰ ਨਾਮ ਦੇਣਾ ਗੁਰੂ ਕਾ ਗਿਆਨ ਲੈਣਾ ਜਾਂ ਗੁਰੂ ਕਾ ਗਿਆਨ ਦੇਣਾ ਇਹੀ ਉਹਨਾਂ ਦਾ ਵਿਵਹਾਰ ਹੈ ਠੀਕ ਹੈ ਜੀ ਭਗਤ ਜਨਾ ਕੀ ਬਰਤਨ ਨਾਮ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰਤਾਰ ਐਸੀ ਕਿਰਪਾ ਜੇ ਮੇਰੇ ਤੇ ਹੋ ਜਾਏ ਤਾਂ ਮੈਂ ਵੀ ਹਰ ਵਕਤ ਚੁੱਪ ਸਾਹ ਸਾਹ ਉਹਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਾਂ ਐਂ ਕਹਿੰਦਾ ਵੀ ਮੇਰਾ ਰੱਖਿਆ ਹੋਇਆ ਉਹ ਉਰਤਾਰ ਹੋ ਜਾਊਗਾ ਕਹਿੰਦਾ ਜੇ ਉਹਦੀ ਕਿਰਪਾ ਹੋਵੇ ਤਾਂ ਮੈਂ ਵੀ ਇਸੇ ਅਵਸਥਾ 'ਚ ਰਹਾਂ ਹਰ ਵਕਤ ਉਹਦਾ ਨਾਮ ਧਾਰਨ ਕਰਕੇ ਰੱਖਾਂਗੇ ਮੇਰੇ ਤੇ ਕਿਰਪਾ ਹੋ ਕਿਸੇ ਤੇ ਵੀ ਕਿਰਪਾ ਹੋ ਜਾਏ ਜਿਹਦੇ ਤੇ ਕਿਰਪਾ ਹੋ ਜਾਏ ਉਹਦਾ ਹੀ ਉਹਦੀ ਉਹ ਅਵਸਥਾ ਹੋ ਜਾਂਦੀ ਠੀਕ ਹੈ ਜੀ
ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਜਿਹਨੇ ਸਤਿਗੁਰ ਦੀ ਸੇਵਾ ਕੀਤੀ ਨਾ ਸਤਿਗੁਰ ਦੇ ਭਾਣੇ ਦੀ ਚੱਲਿਆ ਜਿਹੜਾ ਹਰ ਨਾਮ ਨਾ ਲੱਗੋ ਪਿਆਰ ਹਰ ਨਾਮ ਨਾਲ ਪਿਆਰ ਨਹੀਂ ਲੱਗਿਆ ਮਤ ਤੁਮ ਜਾਣੋ ਓਏ ਜੀਵ ਦੇ ਤੁਸੀਂ ਨਾ ਸਮਝਿਓ ਜੀਵਦੇ ਨੇ ਉਹ ਜਿਉਂਦੇ ਨਹੀਂ ਹਨ ਸਾਹ ਜ਼ਰੂਰ ਆਉਂਦਾ ਉਹਨਾਂ ਨੂੰ ਅੱਜ ਤੋਂ ਜਾਣਾ ਉਹ ਜਿਉਂਦੇ ਓਏ ਆਪ ਮਾਰੇ ਕਰਤਾਰ ਉਹ ਤਾਂ ਕਰਤਾਰ ਨੇ ਮਾਰੇ ਹੋਏ ਨੇ ਉਹ ਤਾਂ ਮਰੇ ਮਰਾਏ ਹੋਏ ਨੇ ਐਵੇਂ ਸਾਹ ਕੀਤਾ ਉਹਨਾਂ ਦਾ ਠੀਕ ਹੈ ਜੀ ਹਉਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਦੇ ਆ ਮੂਏ ਹਰ ਵਿਸਰਿਆ ਦੁੱਖ ਪਾਏ ਹਉਮੈ ਵੱਡਾ ਰੋਗ ਹੈ ਸਭ ਤੋਂ ਵੱਡਾ ਰੋਗ ਤਾਂ ਭਾਈ ਹਉਮੈ ਦਾ ਉਹ ਦੂਜੇ ਪਾਏ ਮਾਇਆ ਦਾ ਪਿਆਰ ਹੈ ਉਹਨਾਂ ਨੂੰ ਦੂਜੀ ਭੁੱਖ ਲੱਗੀ ਹੈ ਮਾਇਆ ਦੀ ਉਹਦੇ ਮਾਇਆ ਨਾਲ ਪਿਆਰ ਹੈ ਅੰਛਾ ਹੀ ਦੂਜੇ ਕਰਮ ਕਰਉਂਦੀ ਹੈ ਹਉਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਦੇ ਮੂਏ ਇਸ ਕਰਕੇ ਜਿਹੜੇ ਮਨਮੁਖ ਨੇ ਨਾਨਕ ਕਹਿੰਦਾ ਉਹ ਤਾਂ ਜਿਉਂਦੇ ਹੀ ਮਰੇ ਹੋਏ ਨੇ ਕਿਉਂਕਿ ਉਹਨਾਂ ਨੂੰ ਵਿਸਰਿਆ ਹੋਇਆ ਆਪਣਾ ਆਪਾ ਵਿਸਰਿਆ ਹੋਇਆ ਆਪਣਾ ਮੂਲ ਵਿਸਰਿਆ ਹੋਇਆ ਇਸ ਕਰਕੇ ਦੁੱਖ ਪਾਉਂਦੇ ਨੇ ਹਾਂਜੀ ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਤਰ ਨਾਮ ਨਿਧਾਨ ਹੈ ਤਿਸ ਜਨ ਕੋ ਹਉ ਬਲਹਾਰੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਜਿਹਦਾ ਅੰਦਰੋਂ ਹਿਰਦਾ ਸ਼ੁੱਧ ਹੈ ਉਹ ਜਨ ਨੂੰ ਤਾਂ ਸਾਰੇ ਨਮਸਕਾਰ ਕਰਦੇ ਨੇ ਸਾਰੇ ਨੇ ਨਮਸਕਾਰ ਕੀਤੀ ਹੈ ਭਗਵਾਨ ਪਹਿਲਾਂ ਤਾਂ ਹਿਰਦਾ ਸ਼ੁੱਧ ਹੈ ਸਿਰਫ ਭਾਂਡਾ ਖਾਲੀ ਹੈ ਜੇ ਭਾਂਡਾ ਖਾਲੀ ਹੈ ਹਿਰਦਾ ਸ਼ੁੱਧ ਹੈ ਤਾਂ ਵੀ ਨਮਸਕਾਰ ਇਹਨਾਂ ਲੋਕ ਪਰ ਜੇ ਅੰਦਰ ਨਾਮ ਨਿਧਾਨ ਹੈ ਭਰ ਗਿਆ ਜਨ ਤੋਂ ਬਲਿਹਾਰੀ ਉਹ ਜਨ ਨੂੰ ਤਾਂ ਮੈਂ ਬਲਿਹਾਰ ਆਮਾ ਕੁਰਬਾਨ ਹੋਵੇ ਜਿਹਨੇ ਭਾਂਡਾ ਭਰ ਲਿਆ ਗਿਆਨ ਨਾਲ ਸ਼ੁੱਧ ਕਰਕੇ ਭਾਂਡਾ ਖਾਲੀ ਕਰਕੇ ਭਰ ਲਿਆ ਤੇ ਜਦ ਕੋਰੋ ਬਲਿਹਾਰੀ ਤੋਂ ਸਟੇਜਾਂ ਅੱਡੋ ਅੱਡ ਨੇ ਠੀਕ ਹੈ ਭਾਂਡਾ ਖਾਲੀ ਕਰ ਲੈਣਾ ਧੂਪ ਦੇਣੀ ਜਿਹਨੇ ਦੁੱਧ ਨਾਲ ਭਰ ਲਿਆ ਉਹਨੂੰ ਮੈਂ ਬਲਿਹਾਰੀ ਹਾਂ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਕਾ ਮਿੱਤ ਹੈ ਸਭ ਤਿਸੈ ਪਿਆਰੀ ਜਿਹਨੇ ਅੰਦਰ ਦੁੱਧ ਰੜਕ ਲਿਆ ਦੁੱਧ ਭਰ ਲਿਆ ਪਹਿਲਾਂ ਤਾਂ ਭਾਂਡਾ ਭਰ ਲਿਆ ਜਿਹਨੇ ਬਲੋ ਲਿਆ ਹਰਕਾ ਬਲੋਬਣਾ ਬਲੋਬੋ ਮੇਰੇ ਭਾਈ ਅੱਗੇ ਬਲੋਬੋ ਜੈਸੇ ਤਤ ਨਾ ਜਾਈ ਜਿਹਨੇ ਉਹ ਬਲੋ ਕੇ ਮੱਖਣ ਖਾ ਲਿਆ ਅੰਤਰ ਬੁੱਧ ਵਿਵੇਕ ਹੈ ਉਹਦੀ ਬੁੱਧ ਵਿਵੇਕ ਹੋਗੀ ਠੀਕ ਹੈ ਗੁਰਬਾਣੀ ਰੜਕ ਕੇ ਉਹਦਾ ਤਤ ਸਾਰ ਲੈ ਲਿਆ ਵਿਵੇਕ ਬੁੱਧੀ ਹੋਗੀ ਤੀਜੀ ਸਟੇਜ ਹੋ ਗਈ ਹੈ ਹਰ ਨਾਮ ਮੁਰਾਰੀ ਹਰ ਨਾਮ ਮੁਰਾਰੀ ਉਹਦੇ ਅੰਦਰ ਨਾਮ ਮੁਰਾਰੀ ਪ੍ਰਗਟ ਹੈ ਸੋ ਸਤਿਗੁਰ ਸਭਨਾ ਕਾ ਮਿੱਤ ਹੈ ਸਭ ਤੇ ਪਿਆਰੀ ਉਹ ਹੈ ਸਤਿਗੁਰ ਉਹ ਸਤਿਗੁਰ ਦੀ ਅਵਸਥਾ ਨੂੰ ਪ੍ਰਾਪਤ ਹੈ ਤੀਜੀ ਸਟੇਜ ਵਾਲਾ ਆ ਜਿਹੜਾ ਤੀਜੀ ਸਟੇਜ ਵਾਲਾ ਵਿਵੇਕ ਬੁੱਧ ਵਾਲਾ ਇਹਨੂੰ ਸਤਿਗੁਰ ਕਹਿੰਦੇ ਨੇ ਠੀਕ ਹੈ ਤੇ ਉਹ ਤੋਂ ਡਿਵੈਲਪ ਹੋ ਕੇ ਪਹਿਲਾਂ ਹਿਰਦਾ ਸ਼ੁੱਧ ਕੀਤਾ ਫਿਰ ਨਾਮ ਆਪਣੇ ਗੁਰਬਾਣੀ ਦਾ ਗਿਆਨ ਭਰਿਆ ਫਿਰ ਉਹਨੂੰ ਰੜਕਿਆ ਬੁਲੋਇਆ ਫਿਰ ਉਹ ਤੋਂ ਤਤ ਪ੍ਰਾਪਤ ਕੀਤਾ ਤਤ ਗਿਆਨ ਵਿਵੇਕ ਬੁੱਧ ਬੜੀ ਫਿਰ ਜਾ ਕੇ ਸਤਿਗੁਰ ਦੀ ਅਵਸਥਾ ਪ੍ਰਾਪਤ ਹੋਈ ਸੋ ਸਤਿਗੁਰ ਸਭਨਾ ਕਾ ਮਿੱਤ ਹੈ ਉਹ ਸਤਿਗੁਰ ਫਿਰ ਕੋਈ ਉਹ ਨਾ ਹਿੰਦੂ ਹੈ ਨਾ ਮੁਸਲਮਾਨ ਨਾ ਈਸਾਈ ਹੈ ਨਾ ਬੋਧੀ ਹੈ ਉਹ ਸਭਨਾ ਕਾ ਮਿੱਤ ਹੈ ਸਭਨਾ ਕਾ ਮਿੱਤ ਹੈ ਸਭ ਤਿਸੇ ਪਿਆਰੀ ਉਹਨੂੰ ਸਾਰਿਆਂ ਨਾਲ ਹੀ ਪਿਆਰ ਹੈ ਨਾ ਕੋਈ ਬੈਰੀ ਨਾ ਹੈ ਬਗਾਨੂ ਉਸ ਅਵਸਥਾ ਵਿੱਚ ਚਲਾ ਜਾਂਦਾ ਫਿਰ ਉਹ ਫਿਰ ਧਰਮ ਨਹੀਂ ਰਹਿੰਦਾ ਸੰਸਾਰੀ ਧਰਮ ਦਾ ਕੋਈ ਨਹੀਂ ਰਹਿੰਦਾ ਉਹਦਾ ਜੇ ਰਹਿੰਦਾ ਸੱਚ ਧਰਮ ਰਹਿੰਦਾ ਠੀਕ ਹੈ ਜੀ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਾਰਾ ਹੀ ਆਤਮ ਰਾਮ ਪਸਾਰਿਆ ਸਾਰਿਆਂ ਦੀ ਆਤਮਾ ਇੱਕੋ ਹੀ ਹੈ ਗੁਰ ਬੁੱਧ ਵਿਚਾਰੀ ਵਿਵੇਕ ਬੁੱਧੀ ਨੇ ਵਿਚਾਰ ਕੇ ਦੱਸਿਆ ਉਹ ਪਾਈ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ ਆਤਮ ਰਾਮ ਸਾਰਿਆਂ ਚ ਨਾ ਕੋਈ ਬੈਰੀ ਨਾ ਹੈ ਬਗਾਨੋ ਸਾਰੇ ਆਪਣੇ ਹੀ ਨੇ ਪਰ ਕੋਈ ਬਲੀ ਹੈ ਇਹ ਵਿਚਾਰ ਕੇ ਦੱਸਿਆ ਫਿਰ ਉਹਨੇ ਦੱਸਿਆ ਇਹ ਗੱਲ ਠੀਕ ਹੈ ਜਿਹੜੀ ਗੁਰ ਤੋਂ ਬੁੱਧੀ ਪ੍ਰਾਪਤ ਹੋਈ ਸੀ ਉਹਦੀ ਵਿਚਾਰ ਨਾਲ ਇਹ ਜਾਣਿਆ ਗਿਆ ਕਿ ਸਭ ਆਤਮ ਰਾਮ ਹੈ ਪਸਵਾ ਵਿਵੇਕ ਬੁੱਧੀ ਹੀ ਗੁਰ ਬੁੱਧ ਹੈ ਗੁਰ ਬੁੱਧ ਵਿਵੇਕ ਬੁੱਧ ਅੱਛਾ ਜੀ ਤੇ ਆਤਮ ਰਾਮ ਕੌਣ ਹੈ ਜੀ ਆਤਮਾ ਹੀ ਹੈ ਸਾਰਿਆਂ ਸਭਾਂ ਜੋ ਜੋ ਤੇ ਸੋਈ ਰਾਮ ਵੀ ਉਹਦਾ ਹੀ ਨਾਮ ਹੈ ਫਿਰ ਸ਼ੁੱਧ ਆਤਮਾ ਜਿਹੜੀ ਰਾਮ ਹੈ ਠੀਕ ਹੈ ਕਿਉਂਕਿ ਇੱਥੇ ਗੱਲ ਸਾਫ਼ ਕਰਤੀ ਹੈ ਨਾ ਕਿ ਸਭ ਆਤਮ ਰਾਮ ਪਸਾਰਿਆ ਜਿਹਨੂੰ ਅਸੀਂ ਰਾਮ ਕਹਿੰਦੇ ਹਾਂ ਅਸਲ 'ਚ ਆਤਮ ਰਾਮ ਹੈ ਜੀ ਨਾ ਉਹਦਾ ਪਸਾਰਾ ਹੋਇਆ ਹੋਇਆ ਹੈ
ਸਾਰੇ ਚ ਫਰਕ ਹੈ, ਜਿਹੜਾ ਪਸਰਿਆ ਉਹ ਤੋਂ ਜੋਤ ਜਿਹੜੀ ਬਾਹਰ ਨਿਕਲੀ ਆ ਮਨ ਰੂਪ ਉਹਦੇ ਦਾ ਫਰਕ ਆ, ਕੀ ਫਰਕ ਹੈ। ਅੱਛਾ ਜੀ, ਠੀਕ ਹੈ ਜੀ, ਇੱਥੇ 9ਵੀਂ ਪੌੜੀ ਸਮਾਪਤੀ ਹੈ ਜੀ।